ਦਸ਼ਕ ਬ੍ਰੇਕਟਬਾ ਤੁਹਾਡਾ ਸਵਾਗਤ ਹੈ ਜੀ ਰਸਾ ਸਾਰਾ ਸਮਾਂ ਤੇ ਆਪਾਂ ਵੀਕੈਂਡ ਤੇ ਡਿਸਕਸ ਕਰਤਾ ਕੁਝ ਕੁਝ ਕਮੈਂਟਸ ਨੇ ਮੈਂ ਬਿਫੋਰ ਸੈਕਿੰਡ ਸੈਗਮੈਂਟ ਵੱਲ ਜਾਵਾਂ ਜੀ ਸਿੰਘ ਡੈਸਪੀ ਲਿਖਦੇ ਨੇ ਭਾਈ ਸਾਹਿਬ ਜੀ ਵਟ ਆਰ ਯੂਰ ਥਾਟਸ ਔਨ ਸਰਬਤ ਖਾਲਸਾ 2016 ਐਂਡ ਦ ਰੈਸਟ ਆਫ ਸਿੰਗਸ ਸੈਕਿੰਡ ਸੈਗਮੈਂਟ ਅਸੀਂ ਇਸੇ ਤੇ ਕਰ ਰਹੇ ਜੀ Ahmed uh, Zaman, please come to Pakistan, Pakistan nation love, Khalistan movement, thank you sir Ji. Certainly will show up someday on your door Kuldeep Singh Unani, good on you doctor, thank you uh, Nabil Hashmi, I am from Pakistan and I like your uh, thinking and you are a great person, great is God's name, thank you ਆ ਬਾਸ਼ਾ ਸਿੰਘ ਵਾਜ ਜੀ ਦਾ ਖਾਲਸਾ ਵਾਜ ਜੀ ਕੀ ਫਤਿਹ ਅਹਿਮਦ ਜ਼ਮਾਨ ਮੋਗਲ ਪਾਕਿਸਤਾਨ ਜ਼ਿੰਦਾਬਾਦ 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 ਖਾਲਸਤਾਨ ਜ਼ਿੰਦਾਬਾਦ 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 ਨਬੀਲ ਹਾਸ਼ਮੀ ਅਗੇਨ ਡਾਕਟਰ ਸਾਹਿਬ ਯੂ ਆਰ ਗ੍ਰੇਟ ਅਗੇਨ ਗ੍ਰੇਟ ਇਜ਼ ਗੋਡਸ ਨੇਮ ਅ ਅਮਰਜੀਤ ਸਿੰਘ ਨਾੜਾ ਗੁਰਵਿੰਦਰ ਸਿੰਘ ਖਾਲਸਾ ਜੁਝਾਰਵਿਰਕ ਸਤਪਾਲ ਸਿੰਘ ਪੁਰੇਵਾਲ ਸੁਰਿੰਦਰ ਸਿੰਘ ਨੰਡਾਲੀ ਇਨਾ ਸਾਰਿਆਂ ਨੇ ਈਦਰ ਖਾਲਸਾ ਜਿੰਦਾਬਾਦ ਕਿਹਾ ਜਾਂ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਜੀ ਬਲਹਾਰ ਸਿੰਘ ਖੰਘ ਟੀਵੀ 84 ਸਾਰੀ ਟੀਮ ਨੂੰ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਡਾਕਟਰ ਸਾਹਿਬ ਜੀ ਸਰਬੱਤ ਖਾਲਸਾ ਨਹੀਂ ਹੋਣ ਦਿੱਤਾ ਜ਼ਾਲਮ ਸਰਕਾਰਾਂ ਨੇ ਅਸੀਂ ਗੁਲਾਮ ਹਰ ਸਿੱਖ ਨੂੰ ਪਤਾ ਹੈ ਪਰ ਜੋ ਗੰਗੂ ਚੰਦੂ ਅਦੀਵਾਂ ਝੂਠਾ ਨੰਦ ਵਰਗੇ ਅਜੇ ਰੂਪ ਬਦਲ ਕੇ ਸਿੱਖੀ ਸਰੂਪ ਵਿੱਚ ਆ ਗਏ ਉਹਨਾਂ ਨੂੰ ਸਮਝਣਾ ਆਪਣੇ ਟਾਈਮ ਉਹਨਾਂ ਨੂੰ ਸਮਝਾਣਾ ਆਪਣੇ ਟਾਈਮ ਹੀ ਬਰਬਾਦ ਕਰਨ ਦੇ ਬਰਾਬਰ ਹੈ ਸਾਨੂੰ ਆਰ ਪਾਰ ਦੀ ਲੜਾਈ ਲੜਨੀ ਪੈਣੀ ਹੈ ਖਾਲਸ탄 ਜ਼ਿੰਦਾਬਾਦ ਜ਼ਿੰਦਾਬਾਦ ਕੰਗਸਾ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ ਜੀ ਅ ਦਲਜੀਤ ਸਿੰਘ ਔਰ ਸੁਰਿੰਦਰ ਸਿੰਘ ਨੜਾੜੀ ਜਿਹੜੇ ਇਹਨਾਂ ਨੇ ਵਾਇਰ ਚਿਕਾ ਖਾਲਸਾ ਬਾਦ ਦੀ ਫਤਿਹ ਜੀਰਾ ਸਾਹਿਬ ਕੀ ਗੱਲ ਆ ਦੇਖੋ ਯੂਬਾ ਸਿਟੀ ਹੁੰਦੇ ਆ ਵੀ ਜਿਸ ਧਿਆਨ ਚੀਜ਼ ਵੱਲ ਜਾਂ ਜਿਸ ਇਸ਼ੂ ਦੇ ਉੱਤੇ ਮੇਰਾ ਸਭ ਤੋਂ ਜ਼ਿਆਦਾ ਧਿਆਨ ਰਿਹਾ ਹੈ ਉਹ ਸਰਬਤ ਖਾਲਸਾ ਨਾਲ ਜੁੜਿਆ ਸੀ ਔਰ ਜਿਉਂ ਹੀ ਅਸੀਂ ਅਜੇ ਲੈਂਡ ਕੀਤੇ ਹੀ ਸੀ ਕਿ ਪਹਿਲੀ ਖਬਰ ਸਾਡੇ ਕੰਨਾਂ ਚ ਪਈ ਕੇ ਭਾਈ ਰੇਸ਼ਮ ਸਿੰਘ ਜੀ ਜੀ ਤੇਨ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਕਾਰੀਦਾਰ ਅਮਰਸਰ ਦੇ ਅਮਰੀਕਾ ਯੂਨਿਟ ਤੇ ਉਹਨਾਂ ਨੂੰ ਦਿੱਲੀ 에ਰਪੋਰਟ ਤੇ ਉਤਰਦਿਆਂ ਜਿਹੜਾ ਡਿਟੇਨ ਕਰ ਲਿਆ ਗਿਆ ਸੀ ਜੀ ਫਿਰ ਜ਼ਾਹਰ ਹੈ ਕਿ ਉਹਨਾਂ ਦਾ ਫਿਕਰ ਉਸ ਪਰਥਾਏ ਅਸੀਂ ਜੋ ਵੀ ਕਮਿਊਨੀਕੇਟ ਕਰ ਸਕਦੇ ਸੀ ਜਿੱਥੇ-ਜਿੱਥੇ ਵੀ ਉਹਨਾਂ ਦੇ ਭਰਾਤਾ ਨੇ ਕਰਮਜੀਤ ਸਿੰਘ ਸਿਆਟਲ ਉਹਨਾਂ ਦੀ ਸਿੰਘਣੀ ਸਾਹਿਬਾਂ ਦੇ ਨਾਲ ਉਹਨਾਂ ਦੀ ਬੇਟੀ ਅਮਰਤ ਕੌਰ ਸੁジナ ਜਿਨ੍ਹਾਂ ਨਾਲ ਵੀ ਔਰ ਬਹੁਤ ਚੰਗੀ ਗੱਲ ਸੀ ਕਿ ਫੌਰਨ ਜਿਹੜਾ ਇਸ ਮੁੱਦੇ ਦੇ ਉੱਤੇ ਅਮਰੀਕਨ ਕਨਸੂਲਟ ਵੀ ਦਿੱਲੀ ਦੇ ਵਿੱਚ ਐਕਟਿਵ ਹੋਇਆ ਉਹਨਾਂ ਤੱਕ ਸਾਰੀ ਇਨਫੋਰਮੇਸ਼ਨ ਪਹੁੰਚ ਗਈ ਸੀ ਜੀ ਪਰ ਜਿਹੜੇ ਡਿਟਰਮਿੰਟ ਨੇ ਇਸ ਵੇਲੇ ਏਜੰਸੀਜ਼ ਭਾਰਤ ਦੀਆਂ ਕਿ ਉਹਨਾਂ ਨੇ ਡਾਇਸਪੋਰਾ ਸਿੱਖਾਂ ਦੀ ਵਿਲ ਨੂੰ ਤੋੜਨੇ ਕਿਉਂਕਿ ਜੇ ਅਸੀਂ ਜਿਵੇਂ ਯੂਬਾ ਸਿਟੀ 'ਚ ਅਸੀਂ ਕਿਹਾ ਹੈ ਕਿ ਵੀ ਬਹੁਤ ਸਾਲਾਂ ਬਾਅਦ ਇਸ ਕਿਸਮ ਦਾ ਨਜ਼ਾਰਾ ਸਪਿਰਿਟ ਦੇਖਣ 'ਚ ਮਿਲੇ ਹੈ ਕਿ ਵੀ ਕਿੱਥੇ ਬਾਦਲ ਕੇ ਉੱਥੇ ਦਬਾ ਦੇ ਨਾਲ ਆਵਾਜ਼ ਉਹਨਾਂ ਨੇ ਦੱਬੀ ਹੈ ਤੇ ਇੱਥੇ ਉਹਨਾਂ ਦਾ ਇਹ ਝੂਠ ਦਾ ਪਲੰਦਾ ਪੀਟੀਸੀ ਜਿਹੜਾ ਉਹ ਲੁਕਦੇ ਫਿਰਦੇ ਰਹੇ ਕਿਸੇ ਨੇ ਡੇਅਰ ਨਹੀਂ ਕੀਤਾ ਕਿ ਸਾਹਮਣੇ ਆਣ ਇਹਦੇ باوجود ਕਲੇਮ ਐਸ ਸੀ ਜੀ ਕੇ ਬਾਦਲ ਸਪੋਰਟਰਸ ਦੀ ਕਮੇਟੀ ਬਣ ਗਈ ਜੀ ਸੋ ਜ਼ਾਹਰ ਹੈ ਵੀ ਇੱਥੇ ਤਾਂ ਉਹਨਾਂ ਦਾ ਝੂਠ ਨਹੀਂ ਵਿਕਦਾ ਉਸ ਨੂੰ ਬੇਨਕਾਬ ਕਰਨ ਵਾਲੇ ਬਾਕੀ ਮੌਜੂਦ ਨੇ ਪਰ ਉੱਥੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਰੇਨ ਆਫ ਟੈਰਰ ਪੰਜਾਬ ਦੇ ਵਿੱਚ ਚਲਾਈ ਔਰ ਡਾਇਸਪੋਰਾ ਸਿੱਖਾਂ ਨੂੰ ਵੀ ਔਰ ਇਹ ਇਸ ਦਾ ਪਹਿਲੀ ਝਲਕ ਪਹਿਲੇ ਸਰਬੱਤ ਖਾਲਸਾ ਤੋਂ ਬਾਅਦ ਹੀ ਮਿਲ ਗਈ ਸੀ ਜਦੋਂ 6 ਦੇ ਕਰੀਬ ਸਿੰਘਾਂ ਦੇ ਖਿਲਾਫ ਜਿਹੜੇ ਬਾਹਰੋਂ ਜਾ ਕੇ ਜਿਨ੍ਹਾਂ ਨੇ ਉੱਥੇ ਪਾਰਟਿਸਿਪੇਟ ਕੀਤਾ ਸੀ ਦੇਸ਼ ਧ్రోਹ ਦੇ ਕੇਸ ਦਾਇਰ ਕੀਤੇ ਗਏ ਸੀ ਭਾਈ ਰੇਸ਼ਮ ਸਿੰਘ ਵੀ ਉਹਨਾਂ ਚੋਂ ਇੱਕ ਸਨ ਜੀ ਪਰ ਐਸ.ਆਰ ਉਹਨਾਂ ਨੇ ਜਿਹੜਾ ਦਿੱਲੀ 에ਰਪੋਰਟ ਦੇ ਉੱਤੇ ਹੀ ਆਪਣਾ ਜਲਵਾ ਦਿਖਾਇਆ ਉਹਨਾਂ ਨੂੰ ਡੀਟੇਨ ਕੀਤਾ ਬਾਅਦ ਵਿੱਚ ਜਦੋਂ ਫਾਲੋ ਕੀਤਾ ਗਿਆ ਤਾਂ ਫਿਰ ਇਹ ਹੋਇਆ ਕਿ ਜੀ ਅੰਮ੍ਰਿਤਸਰ ਪੁਲਿਸ ਉਹਨਾਂ ਨੂੰ ਲੈ ਆਈ ਚੱਬੇ ਦੇ ਵਿੱਚ ਕੇਸ ਰਜਿਸਟਰ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਪੁਲਿਸ ਨੇ ਸਾਨੂੰ ਫੀਅਰ ਸੀ ਕਿ ਵੀ ਉਸ ਪੁਲਿਸ ਰਿਮਾਂਡ ਦੇ ਦੌਰਾਨ ਉਹਨਾਂ ਨੂੰ ਟਾਰਚਰ ਨਾ ਕੀਤਾ ਜਾਏ ਜਾਂ ਕੀਤਾ ਜਾਏਗਾ ਪਰ ਕਿਉਂਕਿ ਦਿੱਲੀ ਐਮਬੈਸੀ ਐਕਟਿਵ ਸੀ ਦਿੱਲੀ ਐਮਬੈਸੀ ਨੇ ਵੀ ਉਹਨਾਂ ਨੂੰ ਕਿਹਾ ਕਿ ਸਾਨੂੰ ਮੈਡੀਕਲ ਰਿਪੋਰਟ ਦਿਓ ਸੋ ਉਹ ਉਹਨਾਂ ਨੇ ਹੌਸਲਾ ਨਹੀਂ ਕੀਤਾ ਔਰ ਮੇਰੀ ਜਿਹੜੀ ਲੇਟੈਸਟ ਗੱਲਬਾਤ ਹੋਈ ਇਸ ਬਾਰੇ ਕਿ ਪੁਲਿਸ ਰਿਮਾਂਡ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਔਰ ਇਹ ਸੀ ਕਿ ਪੁਲਿਸ ਰਿਮਾਂਡ ਦੇ ਦੌਰਾਨ ਜਿਹੜੇ ਦੂਸਰੇ ਥਾਣੇ ਵਾਲੇ ਨੇ ਜਿੱਥੇ ਕਿ ਇਹਨਾਂ ਦੇ ਸਾਰੇ ਟੌਰਚਰ ਸੈੱਲ ਵਾਲੇ ਬੈਠੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਆਪਣੀ ਸਪੁਰਤਗੀ ਚ ਵੀ ਲੈਣ ਪਰ ਜਿਹੜੇ ਇਹਨਾਂ ਦੇ ਇੰਚਾਰਜ ਸੀ ਉਹਨਾਂ ਨੇ ਕਿਹਾ ਜੀ ਅਸੀਂ ਤੁਸੀਂ ਤਾਂ ਲੈ ਜਾਓਗੇ ਅਸੀਂ ਦਿੱਲੀ ਵਾਲਿਆਂ ਨੂੰ ਕੀ ਰਿਪੋਰਟ ਦੇਣੀ ਹੈ ਅਮਰੀਕਨ ਐਂਬੈਸੀ ਨੂੰ ਕਿ ਭਈ ਅਸੀਂ ਉਹਨਾਂ ਤੋਂ ਹੀ ਲਿਆਂਦਾ ਹੈ ਦਿੱਲੀ ਏਅਰਪੋਰਟ ਤੋਂ ਇੱਥੇ ਹੀ ਹੋਣਗੇ ਸੋ ਇਹ ਗੱਲ ਤਸੱਲੀ ਵਾਲੀ ਹੈ ਕਿ ਭਈ ਉਹ ਉਸ ਜੋ ਬੱਚੇ ਲੇਕਨ ਇਜ਼ਾਰ ਹੈ ਕਿ ਜਦੋਂ ਉਹਨਾਂ ਨੇ ਕੇਸ ਪਾਇਆ ਹੈ ਇਹਦੀ ਜ਼ਮਾਨਤ ਸੈਡੀਸ਼ਨ ਦੀ ਹਾਈ ਕੋਰਟ ਚ ਆ ਕੇ ਹੁੰਦੀ ਐ ਸੋ ਇਹ ਇੱਕ 파ਰਟ ਤੋਂ ਅਸੀਂ ਔਰ ਇਹ 파ਰਟ ਉੱਥੇ ਵੀ ਚਰਚਾ ਦਾ ਵਿਸ਼ਾ ਸੀ ਜੀ ਮੈਂ ਸੈਚਰਡੇ ਦੀ ਆਪਣੀ ਸਪੀਚ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਸਾਡੇ ਵੀਰ ਭੈਣਾਂ ਇੱਥੇ ਬੈਠੇ ਅਜੇ ਵੀ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਉੱਥੇ ਚਲੋ ਕੋਈ ਨਹੀਂ ਲੈ ਦੇ ਕੇ ਸਿੱਖ ਤਾਂ ਨਹੀਂ ਕਿ ਭਈ ਅੱਜ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਧਾਰਮਿਕ ਸਮਾਗਮ ਨਹੀਂ ਕਰ ਸਕਦੇ ਔਰ ਇਹ ਗੱਲ ਸਿਰਫ ਮੇਰੇ ਹੀ ਕਹਿਣ ਦੀ ਨਹੀਂ ਹੈ ਈਵਨ ਆਮ ਆਦਮੀ ਪਾਰਟੀ ਸੁਖਪਾਲ ਸਿੰਘ ਖਹਿਰਾ ਜੋ ਸਪੋਕਸਪਰਸਨ ਸੀ ਕਦੇ ਕਾਂਗਰਸ ਦਾ ਹੁਣ ਉਹਨਾਂ ਚ ਹੈ ਉਹਦੀ ਇੱਕ ਸਟੇਟਮੈਂਟ ਹੈ ਡੀਟੇਲਸ ਜੀ ਉਹਨੇ ਕਿਹਾ ਜੀ ਭਾਵੇਂ ਮੈਂ ਕੋਈ ਸਪான்ਸਰ ਨਹੀਂ ਹਾਂ ਨਾ ਹੀ ਮੇਰਾ ਕੋਈ ਅਜੰਡੇ ਨਾਲ ਤਾਲੁਕ ਹੈ ਪਰ ਇਹ ਜਿਹੜਾ ਚੀਫ ਮਿਨਿਸਟਰ ਬਣਿਆ ਹੋਇਆ ਹੈ ਵੀ ਇਹਨੇ ਤਾਂ ਆਰਟੀਕਲ 25 ਵੀ ਸਾੜਿਆ ਹੋਇਆ ਭਾਰਤੀ ਸੰਵਿਧਾਨ ਦਾ ਸਰ ਸਮਜੀਤ ਸਿੰਘ ਮਾਨ ਨਾਲ ਜਾ ਕੇ ਬੂਟਰੋਸ ਬੂਟਰੋਸ ਗਾਲੀਆਂ ਨੂੰ ਮੈਮੋਰੰਡਮ ਦਿੱਤਾ ਹੋਇਆ ਵੀ ਸਾਨੂੰ ਖਾਲਿਸਤਾਨ ਚਾਹੀਦਾ ਹੈ ਜੀ ਅਕਾਲੀਆਂ ਦੇ ਸਾਰੇ ਮੋਰਚੇ ਲੱਗਦੇ ਰਹੇ ਨੇ 1 ਲੱਖ ਮਰਜੀ ਵੜਾ ਭਰਤੀ ਕੀਤਾ ਸੀ ਕਿ ਅਸੀਂ ਆਰ ਪਾਰ ਦੀ ਲੜਾਈ ਲੜਨੀ ਹੈ ਸਰਕਾਰ ਨਾਲ ਉਹਨਾਂ ਨੇ ਕਿਹਾ ਇਹ ਔਰ ਜਿੱਥੇ ਆਰਐਸਐਸ ਜਿਹੜਾ ਹਥਿਆਰਾਂ ਦੇ ਨਾਲ ਮਾਰਚ ਕਰਦੇ ਨੇ ਸਿੱਖਾਂ ਦਾ ਇੰਨਾ ਵੀ ਹੱਕ ਨਹੀਂ ਹੈ ਕਿ ਵੀ ਉਹ ਆਪਣਾ ਧਾਰਮਿਕ ਇਕੱਠ ਕਰ ਸਕਣ ਉਹਨਾਂ ਨੇ ਕਿਹਾ ਜੀ ਐਜ਼ ਅ ਸਿੱਖ ਐਜ਼ ਅ ਪੰਜਾਬੀ ਮੈਂ ਮਹਿਸੂਸ ਕਰਦਾ ਏ ਮੂਢਲੇ ਹੱਕਾਂ ਤੇ ਛਾਪ ਹੈ ਸੋ ਅਸੀਂ ਸਮਝਦੇ ਹਾਂ ਵੀ ਐਪਰੀਸ਼ੀਏਬਲ ਗੱਲ ਹੈ ਕਿ ਜਦੋਂ ਵੀ ਕੋਈ ਇੰਡੀਵਿਜੂਅਲ ਪਾਵੇਂ ਦੂਜੇ ਖੇਮੇ 'ਚ ਬੈਠਾ ਹੈ ਉਹਨੇ ਹਾਜ਼ਾ ਨਾਰਾ ਮਾਰੇ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਹੀ ਜਿਹੜੀ ਹੈ ਪੂਰੀ ਜਿਹਨੂੰ ਅੰਗਰੇਜ਼ੀ 'ਚ ਰੇਨ ਆਫ ਟੈਰਰ ਕਹਿੰਦੇ ਨੇ ਜੀ ਔਰ ਇੱਕ ਅੰਦਾਜ਼ੇ ਮੁਤਾਬਕ 2000 ਤੋਂ ਜ਼ਿਆਦਾ ਜਿਹੜੇ ਵਲੰਟੀਅਰ ਔਰ ਸਿੱਖ ਐਕਟਿਵਿਸਟ ਜਿਨਾਜ ਵੱਡੀ ਗੰਢੀ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨਾਲ ਸਬੰਧਤ ਰਾਮ ਗੁਰਸੇਖ ਨੇ ਜਿਹੜੇ ਕਿ ਇਸ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਸਰਬੱਤ ਖਾਲਸਾ ਦੀ ਤਿਆਰੀਆਂ ਵਿੱਚ ਜੁਟੇ ਹੋਏ ਸਨ ਔਰ ਜਿਸ ਕਿਸਮ ਦੀਆਂ ਰਿਪੋਰਟਾਂ ਸਨ ਇਨੀਸ਼ੀਅਲੀ ਤਾਂ ਏਜੰਸੀਆਂ ਦੀ ਇਹ ਕੋਸ਼ਿਸ਼ ਸੀ ਕਿ ਜਿਵੇਂ ਉਹਨਾਂ ਨੇ ਜਥੇਦਾਰ ਹਵਾਰਾ ਔਰ ਐਕਟਿੰਗ ਜਥੇਦਾਰ ਉਹਨਾਂ ਦੇ ਵਿਚਾਲੇ ਇੱਕ ਜਿਹੜਾ ਆਪਸੀ મતਭੇਦ ਪੈਦਾ ਕਰਨ ਨੂੰ ਬੜਾ ਫਲਾਕੇ ਦੱਸਿਆ ਮੀਡੀਆ ਨੇ ਇਸ ਨੂੰ ਹੋਰ ਪਾਸੇ ਲੈ ਜਾਣਾ ਚਾਹੇ ਪਰ ਚਲੋ ਉੱਥੇ ਵੈਲਵਿਸ਼ਰ ਬੈਠੇ ਨੇ ਉਹਨਾਂ ਦੇ ਜਤਨਾ ਸਦਕਾ ਇਹਨਾਂ ਦੀ ਮੀਟਿੰਗ ਹੋਈ ਜਤਸਦਾਰ ਹਵਾਰਾ ਦੀ ਸਟੇਟਮੈਂਟ ਵੀ ਆਈ ਟੂਗੇਦਰਨੈਸ ਦਾ ਪਾਰਟ ਸੀ ਔਰ ਇਹ ਇਵਨ ਵਿਰੋਧੀ ਖੇਮੇ ਚੋਂ ਇਹ ਗੱਲ ਆ ਰਹੀ ਸੀ ਕਿ ਇਸ ਵਾਰ ਵੀ ਆਪਸੀ ਹਣ ਇਕਤਾ ਦੀ ਗੱਲ ਆਣ ਤੋਂ ਬਾਅਦ ਬੜਾ ਉਤਸ਼ਾਹ ਉਤਸ਼ਾਹ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਪੇਸ਼ਨ ਹੋਏਗੀ ਏਜੰਸੀਆਂ ਦੀ ਪਹਿਲਾਂ ਤਾਂ ਕੋਸ਼ਿਸ਼ ਸੀ ਕਿ ਵੀ ਇਹਨਾਂ ਕਾ ਆਪਸੀ ਸਰਪਟੋਲ ਹੋ ਜਾਏ ਕਿ ਇੱਕ ਦੂਜੇ ਨੂੰ ਹੀ ਨੈਗੇਟ ਕਰ ਦੇਣ ਪਰ ਜਦੋਂ ਉਹਨਾਂ ਨੂੰ ਲੱਗਾ ਕਿ ਖਾਸ ਕਰਕੇ ਗੱਲ ਅੱਗੇ ਵੱਲ ਵਧ ਰਹੀ ਹੈ ਡਾਇਸਪੋਰਾ ਸਿੱਖਾਂ ਨੇ ਵੀ ਪਰ ਉੱਥੇ ਖਿੱਚਤੂ ਵੀ ਸੀ ਪਰ ਬੜੀ ਜਿਹੜਾ ਉਹ ਸਿਆਣਪ ਦਾ ਸਬੂਤ ਦਿੰਦੇ ਆ ਉੱਥੇ ਕੋਈ ਵੀ ਬਿਆਨਬਾਜ਼ੀ ਤੋਂ ਰੋਕਿਆ ਵੀ ਰਾਦਰ ਨੇੜੇ ਲਿਆਉਣ ਦੇ ਵਿੱਚ ਰੋਲ ਅਦਾ ਕੀਤਾ ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਜੇ ਲੱਖਾਂ ਸਿਕ ਇੱਥੇ ਇਕੱਠੇ ਹੋਣਗੇ ਇਹ ਤਾਂ ਇਹਨਾਂ ਦੇ ਜਿਹੜਾ ਉਹ ਸਾਰਾ ਪੋਲ ਖੋਲ ਦੇਗਾ ਵੀ ਕੀ ਹੈਗੇ ਸੋ ਜਿਸ ਅੰਦਾਜ਼ ਦੇ ਵਿੱਚ ਔਰ ਉੱਥੇ ਆਲਮੋਸਟ ਔਰ ਇਹ ਬਹੁਤ ਹੋਰ ਉਹਨਾਂ ਨੇ ਵੀ ਅਣਐਲਾਨੀਆਂ ਐਮਰਜੈਂਸੀ ਹੈ ਸੀਆਰਪੀਐਫ ਸੈਂਟਰਲ ਟ੍ਰੂਪਸ ਲਿਆ ਕੇ ਉੱਥੇ ਬਿਠਾ ਦਿੱਤੇ ਗਏ ਨੇ ਔਰ ਫਾਈਨਲੀ ਜਦੋਂ ਇਸ ਕਿਸਮ ਦਾ ਹੜਾਈ ਇਸ ਤੇ ਲਈ ਪਹਿਲਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਗਈ ਹੁਣ ਵਾਪਸ ਲੈ ਲਈ ਗਈ ਅਸੀਂ ਸਮਝਦੇ ਪਹਿਲੇ ਸਟੇਜ ਤੇ ਜਾਣਾ ਨਹੀਂ ਸੀ ਚਾਹੀਦਾ ਪਰ ਚਲੋ ਜੋ ਵੀ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਤੁਸੀਂ ਉਹਨਾਂ ਲੋਕਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਸਾਡਾ ਦੇਖੋ ਈਵਨ ਧਾਰਮਿਕ ਦਾਇਰਾਕਾਰ ਦਾ ਹੱਕ ਇਹਨਾਂ ਦੀਆਂ ਅਦਾਲਤਾਂ ਵੀ ਮੰਨਣ ਨੂੰ ਤਿਆਰ ਨਹੀਂ ਨੇ ਅ ਲੇਕਨ ਹੁਣ ਜਿਹੜੀ ਲੇਟੈਸਟ ਖਬਰ ਹੈ ਵੀ ਇਸ ਨੂੰ ਪੋਸਟਪਨ ਕਰ ਦਿੱਤਾ ਗਿਆ ਔਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਜਿਹੜਾ ਇਤਿਹਾਸਿਕ ਗੁਰਦੁਆਰਾ ਹੈ ਰਾਜਸਥਾਨ ਦੇ ਵਿੱਚ ਜਿੱਥੇ ਕਿ ਕਦੇ ਸੁਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮਸਾਰੰਗੜ ਦਾ ਸਿਰ ਵਢਿਆ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਹੁੱਕਾ ਪੀ ਰਿਹਾ ਸੀ ਕੰਜਰੀਆਂ ਨਚਾ ਰਿਹਾ ਸੀ ਬੇਹਰਮਤੀ ਕਰ ਰਿਹਾ ਸੀ ਉੱਥੇ ਬੁੱਢਾ ਜੋੜ ਤੋਂ ਹੀ ਖਾਲਸੇ ਦੇ ਜਥੇ ਕਦੇ ਸੇਫਟੀ ਲਈ ਇਸ ਡੇਜ਼ਰਟ ਜਾਂਦੇ ਸੀ ਉੱਥੇ ਉਹਨਾਂ ਨੇ ਮੀਟਿੰਗ ਕਾਲ ਕੀਤੀ ਹੈ ਮੈਂ ਸਮਝਦਾ ਹਾਂ ਵੀ ਇਹਦੇ 'ਚ ਹਾਲਾਂਕਿ ਇੱਕ ਦੋ ਅੱਜ ਵੀਰਾਂ ਨਾਲ ਜਦੋਂ ਗੱਲ ਹੋਈ ਉਹਨਾਂ ਦੀ ਰਾਏ ਸੀ ਜਿਹੜੇ ਇਨਸਾਈਡਰ ਨੇ ਕਿ ਭਈ ਨਹੀਂ ਸਾਨੂੰ ਕੈਨਸਲ ਨਹੀਂ ਸੀ ਕਰਨਾ ਚਾਹੀਦਾ ਭਾਵੇਂ ਥੋੜੇ ਹੀ ਹੁੰਦੇ ਪਰ ਉਹਨਾਂ ਨੇ ਉਸ ਥਾਂ ਦੇ ਉੱਤੇ ਵੀ ਉਹਨੂੰ ਪੁਲਿਸ ਸੌਣੀ ਬਣਾਇਆ ਹੋਇਆ ਔਰ ਜਿਨ੍ਹਾਂ ਨੇ ਟੈਂਟ ਲਾਉਣੇ ਸੀ ਦੂਜੇ ਉਹ ਵੀ ਸਾਰੇ ਚੁੱਕ ਲੈਣੇ ਸੋ ਇੱਕ ਪਾਸੇ ਜਿਵੇਂ ਪਾਈ ਦਾਦੂ ਆਲ ਦੀ ਸਟੇਟਮੈਂਟ ਹੈ ਕਿ ਭਈ ਇਹ ਤਾਂ ਖੂਨ ਖਰਾਬਾ ਕਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੇ ਜਸਮ ਦਾਜ ਸੈਂਟਰਲ ਫੋਰਸਿਸ ਸੱਧੀਆਂ ਨੇ ਸੋ ਜ਼ाहਰ ਹੈ ਮੈਂ ਸਮਝਦਾ ਵੀ ਜਿਹੜੇ ਉੱਥੇ ਬੈਠੇ ਨੇ ਕਿਉਂਕਿ ਉਹ ਗਰਾਊਂਡ ਦੇ ਉੱਤੇ ਕੰਮ ਕਰਦੇ ਨੇ ਉਨਾ ਨੂੰ ਉਸ ਵਾਕਿਆਤ ਦੀ ਹਕੀਕਤ ਦਾ ਪਤਾ ਹੈ ਸੋ ਉਹਨਾਂ ਨੇ ਇਹਨੂੰ ਸ਼ਿਫਟ ਕੀਤਾ ਬੇਸ਼ੱਕ ਮੀਟਿੰਗ ਹੀ ਕਿ ਹੈ ਮੈਂ ਸਮਝਦਾ ਹਾਂ ਵੀ ਜੇ ਈਵਨ ਮੀਟਿੰਗ ਦੀ بجائے ਇਹ 10 ਨਵੰਬਰ ਦਾ ਸਰਬਤ ਖਾਲਸਾ ਹੀ ਬੁੱਢਾ ਜੋੜ ਚ ਕਹਿ ਦਿੰਦੇ ਜਾਂ ਕਰ ਲੈਂਦੇ ਦੇਖੋ ਗਿਣਤੀਆਂ ਮਿੰਟੀਆਂ ਨਹੀਂ ਸਰਬਤ ਖਾਲਸਾ ਡਿਸਾਈਡ ਕਰਦੀ ਕਿ ਭਈ ਲੱਖ ਸੇ ਖਾਇਆ ਕਿ 10 ਲੱਖ ਖਾਇਆ ਉਹ ਵੀ ਸਰਬਤ ਖਾਲਸਾ ਸੀ ਕਿ ਜਦੋਂ ਖਾਲਸਾ ਕ੍ਰਾਈਸਿਸ ਦੇ ਵਿੱਚ ਸੀ 18ਵੀਂ ਸਦੀ ਚ ਸਿਰਾਂ ਦੇ ਮੁੱਲ ਸੀ ਜਿੱਥੇ ਖਾਲਸੇ ਦੇ ਜਿਸ ਗਰੁੱਪ ਨੇ ਗੁਰੂ ਨਾਲ ਜੁੜ ਕੇ ਕੋਈ ਫੈਸਲਾ ਲਿਆ ਉਹ ਭਾਵੇਂ ਮੱਸਾ ਰੰਗੜ ਦਾ ਸਿਰ ਵੱਡਣ ਦਾ ਸੀ ਜਾਂ ਕਿਤੇ ਹੋਰ ਕਾਰਵਾਈ ਸੀ ਉਹ ਸਰਬਤ ਖਾਲਸਾ ਕੈਟਾਗਰੀ 'ਚ ਆ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਚਲੋ ਹੋ ਸਕਦਾ ਹੈ ਉਹਨਾਂ ਦੇ ਲੋਕਲ ਜਿਵੇਂ ਮੈਂ ਕਿਹਾ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ। ਪਰ ਇਹ ਬਾਦਲ ਸਰਕਾਰ ਦੇ ਔਰ ਇਹ ਗੱਲ ਇੱਕ ਫੈਲੋ ਟੀਵੀ ਚੈਨਲ ਦਾ ਗੈਰ ਸਿੱਖ ਕੋਰਸਪੋਨਡੈਂਟ ਮੈਨੂੰ ਕਹਿ ਰਿਹਾ ਸੀ ਜਦੋਂ ਇਹ ਆਇਆ ਉਹਨਾਂ ਨੇ ਕਿਹਾ ਜੀ ਆਜੋ ਕੁਸ਼ ਅਜ ਸਰਬਤ ਖਾਲਸਾ ਨਾ ਹੋਣ ਦੇਣ ਲਈ ਬਾਦਲ ਸਰਕਾਰ ਕਰ ਰਹੀ ਹੈ। ਇਹ ਇਹਨਾਂ ਦੇ ਕਫਨ ਵਿੱਚ ਅਖੀ ਕਫਨ ਵਿੱਚ ਅਖੀਰਲਾ ਕਹਿਲ ਸਾਬਤ ਹੋਏਗਾ ਸਾਬੂਤ ਕਹਿੰਦੇ ਨੇ ਕਿਉਂਕਿ ਕਫਨ ਉਹਦੇ ਕਿ ਅਖੀਰਲਾ ਕਹਿਲ ਸਾਬਤ ਹੋਏਗਾ ਮਤਲਬ ਇਹ ਜਦੋਂ ਧਾਰਮਿਕ ਆਜ਼ਾਦੀ ਦੇ ਉੱਤੇ ਇਸ ਕਦਰ ਹਮਲਾ ਹੁੰਦਾ ਫਿਰ ਸਿੱਖ ਜਿਹੜੇ ਨੇ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਸੋ ਅਸੀਂ ਸਮਝਦੇ ਵੀ ਇੱਥੇ ਜਿੱਥੇ ਇਹਨਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ ਕਿਤੇ ਐਂਟਰਟੇਨਮੈਂਟ ਕਬੱਡੀਆਂ ਹੋ ਰਹੀਆਂ ਜੀ ਕਿਤੇ ਫੰਕਸ਼ਨ ਅੰਮ੍ਰਿਤਸਰ ਚ ਹੋ ਰਹੇ ਨੇ ਬਾਲੀਵੁੱਡ ਇੰਡਸਟਰੀ ਦੀਆਂ ਡਾਂਸਰਾਂ ਉੱਥੇ ਕਰ ਰਹੀਆਂ ਨੇ ਇਹਨਾਂ ਨੇ ਪਹਿਲਾਂ ਹੀ ਪੁਹੜਾਨ ਦੀ ਕੋਸ਼ਿਸ਼ ਕੀਤੀ ਕਿ ਜੇ ਨਵੰਬਰ ਦੇ ਵਿੱਚ ਅਸੀਂ ਜਿਹੜਾ ਜੋ ਨਸਲ ਕੁਸ਼ੀ ਹੈ ਔਰ ਦੂਸਰਾ ਉਹਨੂੰ ਪੁਹਲਾਈ ਹੈ ਪਰ ਇਹ ਇਵਨ ਇਸ ਹਫਤੇ ਦੇ ਵਿੱਚ ਸਰਬੱਤ ਖਾਲਸਾ ਨਾ ਹੋਣ ਦੇਣਾ ਔਰ ਇਸ ਦੇ ਲਈ ਜ਼ਬਰਦਸਤ ਇਸਤੇਮਾਲ ਇਹ ਇੱਕ ਉਹ ਕਾਲਾ ਚੈਪਟਰ ਹੈ ਜਿਹੜਾ ਇਹਨਾਂ ਦਾ ਮੂੰਹ ਕਾਲਾ ਕਰੇਗਾ ਇਤਿਹਾਸ ਦੇ ਵਿੱਚ ਵੀ ਔਰ ਇਸ ਤੇ ਲਈ ਅਲਟੀਮੇਟਲੀ ਜਿਹੜਾ ਨਿਰੰਕਾਰ ਦਾ ਜਸਟਿਸ ਸਿਸਟਮ ਹੈ ਪਾਪੀ ਕੋ ਦੰਡ ਦਿਓਰੇ ਜੈਕਾਰ ਕੀਓ ਧਰਮੀਆਂ ਦਾ ਇਹ ਸਾਡਾ ਫੇਥ ਹੈ ਅਲਟੀਮੇਟਲੀ ਅਕਾਲ ਪੁਰਖ ਦਾ ਜਸਟਿਸ ਵੀ ਹੈ ਔਰ ਇਹਨਾਂ ਨੂੰ ਪੰਥ ਜਿਹੜਾ ਹੈ ਉਹ ਜ਼ਰੂਰ ਇਨਸਾਫ ਦੇਗਾ ਜੀ ਹਾਂ ਤੁਮੇ ਦਰਸਾ ਤੁਹ ਪਤਾ ਲੱਗਦਾ ਕਿ ਆਪਾਂ ਗੁਲਾਮ ਹੈਗੇ ਆ ਤੇ ਸਾਨੂੰ ਆਪਣਾ ਖਾਲਸਾਣ ਦੇਸ਼ ਬਣਾਉਣਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡਾ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਦੀਵ ਗੰਦਾਰੀ ਮਹੱਲਾ ਪੰਜਵਾਂ ਘਰ ਦੂਜਾ ਦਾ ਸ਼ਬਦ ਚੁਣਿਆ ਜੀ ਚੌਥੇ ਪਾਤਸ਼ਾਹ ਦੀਆ ਦੀਵ ਗੰਦਾਰੀ ਰਾਗ ਦੇ ਵਿੱਚ ਸਾਰੇ ਸ਼ਬਦ ਅਸੀਂ ਵਿਚਾਰ ਲੈਨੇ ਉਨ ਰਾਗ ਦਾ ਉੱਤੇ ਟਾਈਟਲ ਉਹੀ ਹੁੰਦਾ ਹੈ ਪੰਜਵੇਂ ਪਾਤਸ਼ਾਹ ਦੇ ਸ਼ਬਦ ਨੇ ਮਾਈ ਗੁਰ ਚਰਣੀ ਚਤਲਾਈਏ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਈਐ ਕਟ ਅਵ ਕਟ ਰਵਿਆ ਸਭ ਠਾਈਂ ਹਰਪੂਰਨ ਬ੍ਰਹਮ ਦਿਖਾਈਐ ਉਸਤਤ ਕਰੇ ਸੇਵਕ ਮਨ ਕੀਤੇ ਤੇਰਾ ਅੰਤ ਨਕਤ ਹੂੰ ਪਾਈਐ ਸੁਖਦਾਤੇ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਨ ਜਾਈ ਜੀ ਬੜੇ ਸਧਾਰਨ ਸ਼ਬਦਾਂ ਦੇ ਵਿੱਚ ਕਿਉਂਕਿ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਵਿੱਚੋਂ ਪ੍ਰੇਮ ਵਿਰਾਗ ਸਰਲਤਾ ਔਰ ਕشش ਜਿਹੜੀ ਖਿੱਚ ਕੇ ਲੈ ਜਾਂਦੀ ਹੈ ਜਿਹਦੇ ਵਿੱਚ ਕੋਈ ਵਿਥ ਨਹੀਂ ਹੈ ਜਿਵੇਂ ਆਇਰਨ ਡਸਟ ਜਿਹੜੀ ਹੈ ਉਹ ਖਿੱਚ ਕੇ ਸਿੱਧੀ ਮੈਗਨੇਟ ਦੇ ਨਾਲ ਜਾ ਕੇ ਚੰਬੜਦੀ ਹੈ ਇਵੇਂ ਇੰਨਾ ਕਿ ਜ਼ੁੰਬਾਸ਼ ਹੁੰਦਾ ਜਿਵੇਂ ਅਸੀਂ ਲਾਵਾ ਵੀ ਪੜਦੇ ਹਾਂ ਜਦੋਂ ਚਾਰ ਲਾਵਾ ਉਹ ਵੀ ਗੁਰੂ ਰਾਮਦਾਸ ਜੀ ਰਚਤ ਨੇ ਜੀ ਸੋਹੀ ਰਾਗ ਦੇ ਵਿੱਚ ਵੀ ਉਹਨਾਂ ਦੀ ਜਿੰਨੀ ਬਾਣੀ ਹੈ ਉਹ ਵਿਰਾਗ ਨਾਲ ਭਰੀ ਹੋਈ ਹੈ ਔਰ ਇੱਥੇ ਵੀ ਮਾਈ ਗੁਰ ਚਰਣੀ ਚਿਤ ਲਾਈ ਹੈ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰਤੇ ਆਈ ਹੈ हे ਮੇਰੀ ਮਾਂ ਗੁਰੂ ਦੇ ਚਰਨਾ ਨਾਲ ਅਕਾਲ ਪੁਰਖ ਦੇ ਚਰਨਾ ਨਾਲ ਮਨ ਨੂੰ ਜੋੜੀਏ ਤੇ ਜਦੋਂ ਅਸੀਂ ਉਸ ਦੇ ਯਾਦ ਦੇ ਵਿੱਚ ਉਸ ਦੇ ਚਰਨ ਜਿਹੜੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਹੋਰ ਕੋਈ ਫਿਜ਼ੀਕਲ ਪੈਰ ਨਹੀਂ ਨਾ ਜਿਨ੍ਹਾਂ ਨੂੰ ਤੁਸੀਂ ਚੰਬੜਨਾ ਇਹ ਉਸ ਦੇ ਸ਼ਬਦ ਦੇ ਨਾਲ ਉਸ ਦੀ ਇਬਾਦਤ ਦੇ ਵਿੱਚ ਉਸ ਦੀ ਬੰਦਗੀ ਦੇ ਵਿੱਚ ਜਦੋਂ ਤੁਸੀਂ ਜੁੜਦੇ ਹੋ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਫਿਰ ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ ਹੈ ਇਵੇਂ ਸਾਡਾ ਹਿਰਦਾ ਸਾਡਾ ਦਿਲ ਸਾਡੀ ਰੂਹ ਸਾਡੀ ਜਾਨ ਇਕ ਖੇੜੇ ਦੇ ਵਿੱਚ ਇੱਕ ਆਨੰਦ ਦੇ ਵਿੱਚ ਆ ਜਾਂਦੀ ਹੈ ਸਦਾ ਸਦਾ ਹਰ ਤੇ ਆਈਏ ਹਮੇਸ਼ਾ ਉਸ ਵਾਹਿਗੁਰੂ ਨੂੰ ਯਾਦ ਰੱਖੀਏ ਆਪਣੇ ਧਿਆਨ ਦੇ ਵਿੱਚ ਲਿਆਈਏ ਅੰਤਰ ਏਕੋ ਬਾਹਰ ਏਕੋ ਸਭ ਮੈਂ ਇੱਕ ਸਮਾਈਏ ਉਹ ਰੰਕਾਰ ਉਹ ਵਾਹਿਗੁਰੂ ਉਹ ਅੱਲਾਹ ਤਾਲਾ ਅੰਦਰ ਵੀ ਹੈ ਸਾਡੇ ਬਾਹਰ ਵੀ ਜਿਹੜੀ ਸਾਰੀ ਕਾਇਨਾਤ ਹੈ ਉਸ ਦੇ ਵਿੱਚ ਉਹ ਹਰ ਇੱਕ ਦੇ ਵਿੱਚ ਉਹ ਸਮਾਇਆ ਹੋਇਆ ਏਕੋ ਉਹ ਰੱਬ ਹੈ ਜਿਹੜਾ ਸਾਰੀ ਕਾਇਨਾਤ ਦੇ ਵਿੱਚ ਹੈ ਕਟ ਅਬ ਕਟ ਰਵਿਆ ਸਭ ਹਰ ਦਿਲ ਦੇ ਅੰਦਰ ਹਰ ਦੂਸਰੇ ਦਿਲ ਦੇ ਅੰਦਰ ਸਭ ਥਾਂ ਦੇ ਉੱਤੇ ਹਰ ਪੂਰਨ ਬ੍ਰਹਮ ਦਿਖਾਈਏ ਹਰ ਪਾਸੇ ਉਸ ਬ੍ਰਹਮ ਦਾ ਉਸ ਨਿਰੰਕਾਰ ਦਾ ਹੀ ਜਲਵਾ ਉਹੀ ਖੁਦ ਜਲਵਾਗਰ ਹੈ ਉਸ ਤਤ ਕਰਹਿ ਸੇਵਕ ਮਨ ਕੇਤੇ ਤੇਰਾ ਅੰਤ ਨ ਕਤ ਹੂੰ ਪਾਈਏ ਕੇ ਹੈ ਵਾਇਗੁਰੂ ਹੈ ਅਕਾਲ ਪੁਰਖ ਤੁਹਾਨੂੰ ਯਾਦ ਕਰਦੇ ਆ ਤੁਹਾਡੀ ਇਬਾਦਤ ਦੇ ਵਿੱਚ ਕਿੰਨੇ ਭਲੇ ਲੋਕ ਕਿੰਨੇ ਮੁਨੀ ਕਿੰਨੇ ਸੰਤ ਕਿੰਨੇ ਫਕੀਰ ਕਿੰਨੇ ਦਰਵੇਸ਼ ਕਿੰਨੇ ਅੱਲਾ ਲੋਕ ਤੁਹਾਨੂੰ ਯਾਦ ਕਰਦੇ ਨੇ ਤੁਹਾਡੀ ਉਸਤਤ ਹੁੰਦੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੁਖ ਦਾਤੇ ਦੁਖ ਪੰਜਨ ਸਵਾਮੀ ਜਨ ਨਾਨਕ ਸਦ ਬਲ ਜਾਈਏ ਕਿ ਹੇ ਮੇਰੇ ਰੰਕਾਰ ਵਾਹਿਗੁਰੂ ਤੁਸੀਂ ਸੁਖ ਦੇਣ ਵਾਲਿਓ ਤੁਸੀਂ ਆਨੰਦ ਦੇਣ ਵਾਲਿਓ ਦੁਖ ਪੰਜਨ ਤੁਸੀਂ ਦੁੱਖਾਂ ਨੂੰ ਕੱਟਣ ਵਾਲਿਓ ਦੁੱਖਾਂ ਤੋਂ ਦੂਰ ਲੈ ਜਾਣ ਵਾਲਿਓ ਤੁਸੀਂ ਹੀ ਸੱਚੇ ਮਾਲਕੋ ਜੀ ਜਨ ਨਾਨਕ ਸਦ ਬਲ ਜਾਈਏ ਚੌਥੇ ਪੰਜਵੇਂ ਪਾਤਸ਼ਾਹ ਇਹ ਕਹਿੰਦੇ ਨੇ ਕਿ ਮੈਂ ਤੇਰਾ ਜਨ ਬਣ ਕੇ ਤੇਰਾ ਦਾਸ ਬਣ ਕੇ ਤੇਰਾ ਪਿਆਰਾ ਬਣ ਕੇ ਬਲ ਜਾਈਏ ਕੁਰਬਾਨ ਤੇਰੇ ਤੋਂ ਮੈਂ ਬਲਹਾਰ ਜਾਂਦਾ ਹਾਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਤੇਰੇ ਤੋਂ ਸਦਕੇ ਜਾਂਦਾ ਹਾਂ ਤੂੰ ਪਿਆਰੇ ਤੂੰ ਹਰ ਥਾਂ ਜਿਹੜਾ ਵਸਿਆ ਹੋਇਆ ਔਰ ਤੇਰੀ ਯਾਦ ਹੀ ਸਭ ਸੁੱਖਾਂ ਨੂੰ ਦੇਣ ਵਾਲੀ ਹੈ ਏ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਦੇ ਨਾਲ ਆਪਣੀ ਵੀਵਰਸ ਕਹਿੰਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਫੋਲਣਾ ਸਾਡੇ ਇਸ ਪਤੇ ਤੇ s o s a t v 84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਰਾਸਨ ਆ ਗਿਆ ਦੋ ਦੇਖਦੇ ਰਹੋ tv 84 ਪੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ